ਵੱਡੀ ਕੁਰਬਾਨੀ ਕੀ ਹੋ ਸਕਦੀ ਹੈ? ਔਰਤ ਆਪਣੇ ਮਾਂ ਨੂੰ ਛੱਡ ਕੇ ਆ ਜਾਏ, ਆਪਣੇ ਬਾਬਾ ਨੂੰ ਛੱਡ ਕੇ ਆ ਜਾਏ। ਬਾਬਾ ਰੋਂਦਾ ਵੀ ਹੁੰਦਾ ਹੈ, ਇਹਦੀਆਂ ਅੱਖਾਂ ਦੇ ਸਾਹਮਣੇ ਰੋਂਦਾ, ਇਹਨੂੰ ਗਲੇ ਨਾਲ ਲਾ ਕੇ ਰੋਂਦਾ, ਇਹਦੀ ਮਾਂ ਇਹਨੂੰ ਕਲੇਜੇ ਨਾਲ ਲਾ ਕੇ ਰੋਂਦੀ ਹੁੰਦੀ ਹੈ, ਇਹਦੀ ਯਾਦ ਚ ਰੋਂਦੀ ਹੁੰਦੀ ਹੈ। ਹੋਏ ਫਿਰ ਵੀ ਜਨਾਬ ਜਦੋਂ ਨਿਕਾਹ ਦਾ ਮੌਕਾ ਹੁੰਦਾ ਹੈ, ਬਾਪ ਨੂੰ ਰੋਂਦਿਆਂ ਛੱਡ ਜਾਂਦੀ ਹੈ, ਆਪਣੀ ਮਾਂ ਨੂੰ ਰੋਂਦਿਆਂ ਛੱਡ ਜਾਂਦੀ ਹੈ, ਅਗਲੇ ਘਰਾਂ ਚ ਤੇਰੇ ਨਾਲ ਆ ਜਾਂਦੀ ਹੈ। ਹੋਏ ਆਪ ਵੀ ਆਂਸੂ, ਇਹਦਾ ਕਲੇਜਾ ਫਟਣ ਵਾਲਾ ਹੋਇਆ ਹੁੰਦਾ, ਇਹਦੀ ਮਾਂ ਦਾ ਕਲੇਜਾ ਫਟਣ ਵਾਲਾ ਹੋਇਆ ਹੁੰਦਾ, ਇਹਦਾ ਬਾਪ ਇਹਨੂੰ ਜਨਾਬ ਟੋਰਨ ਲੱਗਿਆ ਕਦੇ ਕਦੇ ਘਬਰਾ ਵੀ ਜਾਂਦਾ ਹੈ, ਪਰ ਫਿਰ ਵੀ ਆਪਣੇ ਮਾਂ ਬਾਪ ਨੂੰ ਛੱਡ ਕੇ ਟੁਰ ਪੈਂਦੀ ਹੈ। ਇਹਦੇ ਨਾਲੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ ਸੋਹਣਿਆ? ਇਹਦੇ ਨਾਲੋਂ ਵੱਡੀ ਜਨਾਬੇ ਵਾਲਾ ਜਾਨ ਸਾਰੀ ਕੀ ਹੋ ਸਕਦੀ ਹੈ? ਫਿਰ ਜਨਾਬ ਤੇਰੇ ਉਸ ਬੇ ਆਬਾਦ ਘਰ ਨੂੰ ਆ ਕੇ ਆਬਾਦ ਕਰ ਦੀਏ, ਜਿਸ ਘਰ ਦੇ ਅੰਦਰ ਬੇਰਾਨੀਆਂ ਪਈਆਂ ਹੁੰਦੀਆਂ ਨੇ, ਉਹ ਤੇਰਾ ਦਿਲ ਵੀ ਬੇਰਾਨ ਹੋਇਆ ਹੁੰਦਾ, ਉਹ ਤੇਰਾ ਦਿਲ ਵੀ ਸ਼ੈਤਾਨ ਦਾ ਜਨਾਬ ਸ਼ੈਤਾਨ ਉਹਤੇ ਘੇੜੇ ਪਾ ਲਿਆ ਹੁੰਦਾ, ਔਰ ਤੂੰ ਜਨਾਬੇ ਵਾਲਾ ਇੱਧਰ ਉੱਧਰ ਨੱਠਦਾ ਹੁੰਦਾ। ਇਹ ਤੇਰੀ ਜੋਜਾ ਹੁੰਦੀ ਹੈ, ਆ ਕੇ ਤੇਰੇ ਦਿਲ ਚ ਜਗ੍ਹਾ ਬਣਾ ਲੈਂਦੀ ਹੈ, ਤੇਰਾ ਦਿਲ ਵੀ ਆਬਾਦ ਵੀ ਹੋ ਜਾਂਦਾ। ਤੇ ਜਾਣਦੇ ਨੌਜਵਾਨੋ, ਉਹ ਜਦੋਂ ਨਿਕਾਹ ਹੋ ਜਾਂਦਾ ਹੈ ਨਾ, ਔਰਤ ਜਦੋਂ ਆ ਜਾਂਦੀ ਹੈ, ਅੱਲਾ ਦੀ ਕਸਮ ਹੈ, ਮੇਰਾ ਰਹਿਮਾਨ ਦਿਲਾਂ ਨੂੰ ਬਾਗ ਵੀ ਕਰ ਦਿੰਦਾ ਹੈ, ਉਹ ਦਿਲਾਂ ਨੂੰ ਪਕੀਦਾ ਵੀ ਕਰ ਦਿੰਦਾ। ਇਹੋ ਹੀ ਔਰਤ ਜਨਾਬ ਜਦੋਂ ਇਹਦੇ ਮਾਂ ਬਾਪੇ ਨੂੰ ਘਰੋਂ ਟੋਰਦੇ ਨੇ, ਤੇ ਜਾਣਦੇ ਹੋ ਲਾਹੌਰੀ ਹੋ, ਗੱਲ ਜ਼ਰਾ ਧਿਆਨ ਨਾਲ ਸੁਣਿਆ ਜੇ, ਹੋਏ ਵੀਰ ਵੀ ਰੋਂਦੇ ਨੇ ਤੇ ਰੋਂਦੇ ਰਹਿ ਜਾਣ, ਹੋਏ ਭੈਣਾਂ ਵੀ ਰੋਂਦੀਆਂ ਨੇ ਤੇ ਰੋਂਦੀਆਂ ਰਹਿ ਜਾਣ, ਇਹ ਫਿਰ ਵੀ ਘਰਾਨਾ ਤੇਰੇ ਲਈ ਛੱਡ ਕੇ ਤੇ ਆ ਜਾਂਦੀ ਹੈ। ਹੋਏ ਕਦੇ ਕਦੇ ਘਰਾਨੇ ਪਿਛਲੇ ਮਾਪਿਆਂ ਤੇ ਇਹਦੇ ਆਉਣ ਨਾਲ ਵਿਰਾਨ ਹੋ ਜਾਂਦੇ ਨੇ, ਪਰ ਫਿਰ ਵੀ ਤੇਰੇ ਘਰ ਨੂੰ ਆਬਾਦ ਕਰਦੀ ਹੈ, ਫਿਰ ਜਨਾਬ ਤੇਰੀ ਨਸਲ ਨੂੰ ਅੱਗੇ ਢੋਰਦੀ ਹੈ। ਵਾਹਨ ਨਾਲ ਵਾਹਨ, ਇਹ ਜਨਾਬ ਕਮਜ਼ੋਰੀ ਦਰ ਕਮਜ਼ੋਰੀ ਉਠਾ ਕੇ, ਕੁਰਬਾਨੀ ਦਰ ਕੁਰਬਾਨੀ ਦੇ ਕੇ, ਔਰ ਤੇਰੀਆਂ ਨਸਲਾਂ ਨੂੰ ਅੱਗੇ ਚਲਾਉਂਦੀ ਹੈ, ਆਪਣਾ ਹੁਸਨ ਖਤਮ ਕਰ ਲੈਂਦੀ ਹੈ, ਆਪਣੀਆਂ ਤਾਕਤਾਂ ਖਤਮ ਕਰ ਲੈਂਦੀ ਹੈ, ਆਪਣਾ ਸਭ ਕੁਝ ਕੁਰਬਾਨ ਕਰ ਲੈਂਦੀ ਹੈ ਤੇਰੀ ਨਸਲ ਅੱਗੇ ਟੁਰਨ ਵਾਸਤੇ, ਉਹ ਤੇਰੀ ਨਸਲ ਨੂੰ ਅੱਗੇ ਚਲਾਉਣ ਵਾਸਤੇ। ਇਹ ਜਨਾਬੇ ਵਾਲਾ ਇੱਥੇ ਹੀ ਬਸ ਨਹੀਂ, ਔਰ ਬੜੀਆਂ ਬੜੀਆਂ ਕੁਰਬਾਨੀਆਂ ਦਿੰਦੀ ਹੈ, ਉਹ ਇਸਲਾਮ ਯਾਦ ਰੱਖੇ ਦੀਆਂ ਕੁਰਬਾਨੀਆਂ ਨੂੰ, ਉਹ ਜੰਨਤ ਯਾਦ ਰੱਖੇ ਦੀਆਂ ਕੁਰਬਾਨੀਆਂ ਨੂੰ, ਔਰ ਰਹਿਮਾਨ ਯਾਦ ਰੱਖੇ ਦੀਆਂ ਕੁਰਬਾਨੀਆਂ ਨੂੰ। ਔਰ ਖਾਮਦਾ, ਮੈਂ ਤੈਨੂੰ ਪੁੱਛਣਾ, ਤੂੰ ਕਿਉਂ ਨਹੀਂ ਯਾਦ ਰੱਖਦਾ? ਉਹ ਬੰਦਾ ਜਿਹੜਾ ਮਾਂ ਤੋਂ ਨਫ਼ਰਤ ਕਰਦਾ, ਮੈਂ ਉਹਨੂੰ ਪੁੱਛਣਾ ਚਾਹੁੰਦਾ, ਜ਼ਾਲਿਮਾ, ਤੂੰ ਮਾਂ ਦੀਆਂ ਕੁਰਬਾਨੀਆਂ ਕਿਉਂ ਨਹੀਂ ਯਾਦ ਰੱਖਦਾ? ਔਰ ਜਿਹੜਾ ਭੈਣ ਤੋਂ ਨਫ਼ਰਤ ਕਰਦਾ, ਔਰ ਤੈਨੂੰ ਮੈਂ ਪੁੱਛਣਾ ਚਾਹੁੰਦਾ ਵਾ, ਔਰ ਭੈਣ ਤੋਂ ਨਫ਼ਰਤ ਕਿਉਂ ਕਰਨਾ? ਉਹ ਭੈਣ ਦੀਆਂ ਕੁਰਬਾਨੀਆਂ ਕਿਉਂ ਨਹੀਂ ਯਾਦ ਰੱਖਦਾ? ਉਹ ਬੇਟੀ ਤੋਂ ਨਫ਼ਰਤ ਕਰਨਾ, ਉਹ ਬੇਟੀ ਦੀਆਂ ਕੁਰਬਾਨੀਆਂ ਕਿਉਂ ਨਹੀਂ ਯਾਦ ਰੱਖਦਾ? ਇਹਦੀ ਵਜ੍ਹਾ ਤੋਂ ਰੱਬ ਨੇ ਤੈਨੂੰ ਜੰਨਤ ਦੇਣੀ ਹੈ, ਇਹਦੀ ਵਜ੍ਹਾ ਤੋਂ ਅੱਲਾ ਪਾਕ ਨੇ ਤੇਰੇ ਤੇ ਇਨਾਮ ਕਰਨਾ। ਗੱਲ ਸੁਣ ਲਈ ਤੇਰਾ ਧਿਆਨ ਨਾਲ, ਔਰ ਤੇਰੀ ਔਰਤ ਨਸਲ ਚਲਾਉਂਦੀ, ਮੈਨੂੰ ਟਾਈਮ ਤਾਂ ਨਾ ਖਿਆ ਜੇ ਮੈਂ ਗੱਲ ਮੁਹੱਬਤ ਨਾਲ ਕਰਨੀ ਚਾਹੁੰਦਾ, ਸੁਣ ਲਓ ਲਾਹੌਰੀ, ਉਹ ਧਿਆਨ ਨਾਲ ਗੱਲ ਸੁਣਿਆ ਜਿਹੜਾ, ਇੱਧਰ ਜਨਾਬੇ ਆ, ਤੇਰੀ ਨਸਲ ਟੋਲਣ ਵਾਸਤੇ ਕੁਰਬਾਨ, ਕਦੇ ਕਦੇ ਨਸਲ ਅੱਗੇ ਚਲਾਉਂਦਿਆਂ ਚਲਾਉਂਦਿਆਂ ਮੌਤ ਵੀ ਤੇ ਆ ਜਾਂਦੀ ਹੈ ਨਾ। ਕਈ ਔਰਤਾਂ ਜੋ ਕੁਰਬਾਨ ਹੋ ਜਾਂਦੀਆਂ ਨੇ, ਕਈ ਔਰਤਾਂ ਜਾਨ ਤੋਂ ਟੁਰ ਜਾਂਦੀਆਂ ਨੇ, ਤੇ ਜਾਣਨਾ ਮੇਰਾ ਰਹਿਮਾਨ ਇਸ ਕੁਰਬਾਨੀ ਨੂੰ ਇੰਨਾ ਯਾਦ ਰੱਖਦਾ। ਆਸਮਾਨ ਤੋਂ ਆਵਾਜ਼ ਆਉਂਦੀ ਹੈ, ਹਬੀਬੇ ਕਿਬਰੀਆ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਆਕਾ ਨੇ ਸੱਤ ਸ਼ਹੀਦ ਜਿਹੜੇ ਇਸਲਾਮ ਦੇ ਅੰਦਰ ਜਿਹਾਦ ਕਰਦਿਆਂ, ਇੱਕ ਬੰਦਾ ਸ਼ਹੀਦ ਹੋ ਜਾਂਦਾ, ਉਸ ਸ਼ਹੀਦ ਤੋਂ ਹਟ ਕੇ ਫਰਮਾਇਆ, ਸੱਤ ਕਿਸਮ ਦੇ ਸ਼ਹੀਦ ਐਸੇ ਨੇ, ਔਰ ਜਿਨ੍ਹਾਂ ਨੂੰ ਜਨਾਬੇ ਵਾਲਾ ਨਬੀ ਪਾਕ ਨੇ ਫਰਮਾਇਆ ਇਹ ਵੀ ਸ਼ਹੀਦ ਨੇ, ਉਹਨਾਂ ਵਿੱਚੋਂ ਇਸ ਔਰਤ ਨੂੰ ਸ਼ਹੀਦ ਦਾ ਰੁਤਬਾ ਮਿਲਿਆ। ਇਹ ਵੀ ਸ਼ਹੀਦ ਜਿਹੜੀ ਆਪਣੇ ਬੱਚੇ ਨੂੰ ਜਨਮ ਦਿੰਦਿਆਂ ਦਿੰਦਿਆਂ ਆਪਣੇ
اپنے خاون دی نسل نو اگے چلاندیاں جلاندیاں اور سونے اپنی بیٹی تے بیٹے نو جنم دیندیاں اے موت موت آ جاندی ہے میرے آقا فرماندے نے اللہ پاک نو شہید دا رتبہ عطا کر دیندا ہے اللہ پاک نو شہید دا درجہ عطا کر دیندا ہے